ਤੁਸੀਂ ਫੌਰਨ ਘਰ ਚਲੋ ਕਿਉਂ ਪੁੱਤਰ ਉੱਥੋਂ ਕੋਈ ਬਰੰਦੀ ਤਲਾਹ ਆ ਗਈ ਤੁਸੀਂ ਤਾਂ ਦੋਵੇਂ ਇੱਥੇ ਤਾਂ ਫਿਰਦੇ ਹੋਏ ਦਾਦਾ ਤੇਰਾ ਤਾਂ ਉੱਥੇ ਵੇ ਨਾ ਨਹੀਂ ਪਤਾ ਮੈਂ ਤਾਂ ਤੁਹਾਨੂੰ ਉੱਥੇ ਕਾਲਾ ਅਸਲਾਮ ਅਲੈਕੁਮ ਹੱਸਦੇ ਰਹੋ ਵਸਦੇ ਰਹੋ ਜੀਂਦੇ ਰਹੋ ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਡਰਾਈਵਰ ਇੰਟਰਟੇਨਮੈਂਟ ਪਲੱਸ ਜੈਸੇ ਕਿ ਤੁਸੀਂ ਥੰਬਨੇਲ ਤੇ ਦੇਖਿਆ ਹੋਣਾ ਕਿ ਕਹਾਣੀ ਇੱਕ ਤੇ ਫਿਲਮਾਂ ਦੋ ਔਰ ਇੱਕ ਕਹਾਣੀ ਉੱਤੇ ਦੋ ਫਿਲਮਾਂ ਕਿਸ ਤਰ੍ਹਾਂ ਬਣੀਆਂ ਔਰ ਦੋਨੋਂ ਕੈਸੇ ਰਹੀਆਂ ਇਹ ਮੈਂ ਤੁਹਾਨੂੰ ਦੱਸਾਂਗਾ ਅਤੇ ਸਭ ਤੋਂ ਪਹਿਲੇ ਜਿਸ ਫਿਲਮ ਦਾ ਜ਼ਿਕਰ ਕਰਾਂਗਾ ਜਿਸ ਤੋਂ ਦੂਸਰੀ ਫਿਲਮ ਬਣੀ ਹੈ ਉਹ ਪਾਕਿਸਤਾਨੀ ਫਿਲਮ ਹੈ ਬਾਊ ਜੀ 3 ਜੂਨ 1983 ਬਰੋਜ਼ ਜਮਾਂ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਉਸ ਫਿਲਮ ਦਾ ਨਾਂ ਹੈ ਬਾਊ ਜੀ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ ਔਰ ਇਸ ਦੇ ਅੰਦਰ ਨੰਨਾ ਐਲੀਜਾਜ਼ ਅਲਬੇਲਾ ਰੁਮਾਨਾ ਨੇ ਬੜੀ ਹੀ ਸ਼ਾਨਦਾਰ ਕਾਮੇਡੀ ਦਾ ਮੁਜ਼ਾਹਰਾ ਕੀਤਾ ਹੈ ਤੂੰ ਅੰਗੀਠੀ ਤੇ ਸੌਂ ਗਿਆ ਸੁੱਤਾ ਨਹੀਂ ਅੰਗੀਠੀ ਤੇ ਮੂੰਗਫਲੀ ਭੁੰਨਣ ਡਿਆ ਸੀ ਅੱਬਾ ਖਾਂ ਵੇਖਿਆ ਹੀ ਬੜਾ ਡਰਾਵਾ ਅੱਛਾ ਤੋਬਾ 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 ਨਾ ਸਿਰਫ ਇਸ ਫਿਲਮ ਦੇ ਅੰਦਰ ਨੰਨਾ ਨੇ ਕਾਮੇਡੀ ਦਾ ਮੁਜ਼ਾਹਰਾ ਕੀਤਾ ਹੈ ਤੇ ਜਦੋਂ ਉਹਨੇ ਦੁਖੀ ਅਦਾਕਾਰੀ ਕੀਤੀ ਹੈ ਜਦੋਂ ਨੰਨੇ ਨੇ ਦੁਖੀ ਅਦਾਕਾਰੀ ਕੀਤੀ ਹੈ ਤੇ ਦੁਖੀਆ ਅਦਾਕਾਰੀ ਦੇ ਵਿੱਚ ਵੀ ਨੰਨੇ ਨੇ ਕਮਾਲ ਕਰ ਦਿੱਤਾ ਹੈ ਨੰਨੇ ਅਲੀਜਾਤ ਔਰ ਮੁਮਤਾਜ਼ ਦੀ ਅੱਛੀ ਕਾਰਕਰਦਗੀ ਦੀ ਵਜ੍ਹਾ ਤੋਂ ਅੱਛੀ ਐਕਟਿੰਗ ਦੀ ਵਜ੍ਹਾ ਤੋਂ ਇਹ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਨ ਹਸਨੈਨ ਸਨ ਔਰ ਬਸ਼ੀਰ ਨਿਆਜ਼ ਨੇ ਇਸ ਫਿਲਮ ਨੂੰ ਲਿਖਿਆ ਸੀ ਔਰ ਇਹ 1983 ਦੀ ਸੁਪਰ ਦੁਪਰ ਹਿੱਟ ਫਿਲਮ ਸੀ ਔਰ ਇਸ ਫਿਲਮ ਦੇ ਅੰਦਰ ਇੱਕ ਗਾਣਾ ਜਿਹੜਾ ਕਿ ਬਹੁਤ ਹੀ ਦੌਰ ਹੀ ਬਹੁਤ ਹੀ ਹਿੱਟ ਹੋਇਆ ਔਰ ਬੜਾ ਹੀ ਵੱਜਿਆ ਉਹ ਗਾਣਾ ਸੀ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਚੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਆਪਣੇ ਦੌਰ ਦਾ ਬੜਾ ਹੀ ਸੁਪਰ ਹਿੱਟ ਗਾਣਾ ਸੀ ਔਰ ਬੜਾ ਹੀ ਕਮਾਲ ਗਾਣਾ ਸੀ ਔਰ ਇਸ ਗਾਣੇ ਦੇ ਅੰਦਰ ਅਦਾਕਾਰ ਨੰਨਾ ਨੇ ਬੜੀ ਹੀ ਜਾਨਦਾਰ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਔਰ ਬੜਾ ਹੀ ਬਿਹਤਰੀਨ ਕੰਮ ਕੀਤਾ ਹੈ ਔਰ ਇਹ ਜਿਹੜੀ ਫਿਲਮ ਹੈ ਇਹ ਬੇਸਿਕ ਮਰਾਸੀਆਂ ਦੀ ਕਹਾਣੀ ਆਉਂਦੀ ਹੈ ਕਿ ਇੱਕ ਦੂਜੇ 'ਤੇ ਜੁਗਤਬਾਜ਼ੀ ਕਰਦੇ ਹਨ ਔਰ ਬੜੀ ਜ਼ਬਰਦਸਤ ਕਾਮੇਡੀ ਦਾ ਮੁਜ਼ਾਹਰਾ ਕੀਤਾ ਗਿਆ ਔਰ ਬੜੀ ਕਾਮਯਾਬ ਫਿਲਮ ਹੋਈ ਇਸ ਫਿਲਮ ਦੀ ਕਾਮਯਾਬੀ ਨੂੰ ਵੇਖਦੇ ਹੋਏ ਹਾਂ ਇਸ ਫਿਲਮ ਨੂੰ ਇੰਡੀਆ ਵਿੱਚ ਬੁਲਾਉਣੇ ਦਾ ਐਲਾਨ ਕੀਤਾ ਗਿਆ ਹੈ ਔਰ ਜਿਹੜਾ ਇਕਬਾਲ ਡੈਲੋਨ ਸਰ ਪ੍ਰੋਡਿਊਸਰ ਹਨ ਉੱਥੇ ਇਕਬਾਲ ਡੈਲੋਨ ਜਿਹੜਾ ਇੰਡੀਆ ਦੇ ਪ੍ਰੋਡਿਊਸਰ ਸੀ ਪੰਜਾਬੀ ਉਸਨੇ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਬਣਾਉਣ ਦਾ ਫੈਸਲਾ ਕੀਤਾ ਔਰ ਇਸ ਫਿਲਮ ਦਾ ਨਾਂ ਜਿਹੜਾ ਰੱਖਿਆ ਉਹ ਪਿੰਡ ਦੀ ਕੁੜੀ ਪਿੰਡ ਦੀ ਕੁੜੀ ਇਸ ਫਿਲਮ ਦਾ ਨਾਂ ਰੱਖਿਆ ਗਿਆ ਔਰ ਪਾਕਿਸਤਾਨ ਤੋਂ ਇਸ ਦੇ ਅੰਦਰ ਤਾਰਕ ਜਾਵੇਦ ਅਸ਼ਰਫ ਰਾਈ ਔਰ ਸ਼ੀਬਾ ਭੱਟ ਔਰ ਇਸ ਫਿਲਮ ਦੇ ਅੰਦਰ ਪਾਕਿਸਤਾਨੀ ਹੀਰਵਨ ਵੀਨਾ ਮਲਕ ਨੂੰ ਬਤੌਰ ਹੀਰਵਨ ਕੰਮ ਦਿੱਤਾ ਗਿਆ ਹੈ ਔਰ ਇਸ ਫਿਲਮ ਦੇ ਅੰਦਰ ਨਾ ਸਿਰਫ ਇਸ ਫਿਲਮ ਦੀ ਕਹਾਣੀ ਸੇਮ ਬਾਊ ਜੀ ਦੀ ਕਹਾਣੀ ਸੀ ਬਲਕਿ ਜਿਹੜਾ ਬਾਊ ਜੀ ਦਾ ਮਸ਼ਹੂਰ ਗਾਣਾ ਸੀ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਉਸਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਔਰ ਨਾ ਸਿਰਫ ਇਹ ਫਿਲਮ ਪਾਕਿਸਤਾਨ ਦੇ ਅੰਦਰ ਸੁਪਰ ਹਿੱਟ ਰਹੀ ਬਲਕਿ ਇੰਡੀਆ ਦੇ ਅੰਦਰ ਵੀ ਇਸਨੇ ਬਹੁਤ ਸ਼ਾਨਦਾਰ ਬਿਜ਼ਨਸ ਕੀਤਾ ਔਰ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਹੋਈ ਪਾਕਿਸਤਾਨੀ ਜਿਹੜੇ ਐਕਟਰ ਸਨ ਤਾਰਕ ਜਾਵੇਦ ਔਰ ਅਸ਼ਰਫ ਰਾਈ ਨੇ ਉਸ ਫਿਲਮ ਦੇ ਅੰਦਰ ਬੜਾ ਹੀ ਜ਼ਬਰਦਸਤ ਕੰਮ ਕੀਤਾ ਔਰ ਨਾ ਸਿਰਫ ਇਹ ਇੱਥੇ ਹਿੱਟ ਰਹੀ ਬਲਕਿ ਉਹ ਇੰਡੀਆ ਦੇ ਵਿੱਚ ਵੀ ਹਿੱਟ ਰਹੀ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ